ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਆਪਣੇ ਕਿਸਾਨ ਭਰਾਵਾਂ ਵਾਸਤੇ, ਜੋ ਕਿ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਨੂੰ, ਭਾਰਤ ਦੇ ਦੇਸ਼ ਦੇ ਕਿਸਾਨਾਂ ਨੂੰ ਉਜਾੜਨ ਦਾ ਜਿਹੜਾ ਤੁਹੱਈਆ ਕੀਤਾ ਹੋਇਆ, ਜਿਹੜਾ ਇੱਕ ਇੱਦਾਂ ਦਾ ਕਿਸਾਨ ਵਿਰੋਧੀ ਆਰਡੀਨੈਂਸ ਉਹਨਾਂ ਨੇ ਪੇਸ਼ ਕਰਕੇ ਮਤਾ ਪਾਸ ਕਰਨਾ, ਜਿਹੜਾ ਬਿੱਲ ਲੈ ਕੇ ਆਉਣਾ, ਉਹਦੇ ਵਾਸਤੇ ਜੋ ਪੂਰੇ ਸਮੁੱਚੇ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਆਪ ਵੇਖ ਰਹੇ ਹੋ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਉਹ ਸੜਕਾਂ ਦੇ ਉੱਪਰ ਉਤਰੇ ਨੇ, ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੀਜ਼ ਦੇ ਉੱਪਰ ਦੇ ਕੇ ਅਤੇ ਕਿਸਾਨਾਂ ਨੂੰ ਨਿਹੱਥੇ ਕਰਨ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ, ਜਿਸ ਦੇ ਵਿੱਚ ਵੱਖ ਵੱਖ ਸਟੇਟਾਂ ਦੀਆਂ ਜਿਹੜੀਆਂ ਨੇ ਉਹ ਰਾਜਨੀਤਿਕ ਪਾਰਟੀਆਂ, ਸੈਂਟਰ ਦੀ ਸਰਕਾਰ ਬੜੇ ਜ਼ੋਰ ਸ਼ੋਰ ਦੇ ਨਾਲ ਲੱਗੀ ਹੋਈ ਹੈ। ਕਿਸਾਨ ਜਥੇਬੰਦੀਆਂ ਅੱਜ ਵੀ ਜਿਹੜੀਆਂ ਉਹ ਸੜਕਾਂ ਦੇ ਉੱਤੇ ਉਤਰੀਆਂ ਨੇ, ਔਰ 25 ਤਰੀਕ ਨੂੰ ਪੰਜਾਬ ਬੰਦ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ। ਅਸੀਂ ਵਿਦੇਸ਼ਾਂ ਦੇ ਜਿਹੜੇ ਸਿੱਖ ਹਾਂ, ਜਿਹੜੀਆਂ ਜਥੇਬੰਦੀਆਂ ਨੇ, ਉਹ ਅਸੀਂ ਹਰ ਟਾਈਮ ਆਪਣੇ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜ੍ਹੇ ਹਾਂ, ਕਿਉਂਕਿ ਜਿਹੜੀਆਂ ਇਹ ਬਿੱਲ ਪਾਸ ਕੀਤੇ ਜਾ ਰਹੇ ਨੇ, ਇਹ ਸਰਕਾਰਾਂ ਜਿਹੜੀਆਂ ਕਾਰਪੋਰੇਟ ਘਰਾਣੇ ਨੇ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਉਹਨਾਂ ਨੂੰ ਜ਼ਮੀਨਾਂ ਦੇ ਕੇ ਉਹ ਆਪਣੀ ਮਰਜ਼ੀ ਦੇ ਨਾਲ ਮੁੜ ਕੇ ਜਿਹੜਾ ਮੰਡੀਕਰਨ ਖਤਮ ਕੀਤਾ ਜਾ ਰਿਹਾ, ਸਰਕਾਰੀ ਖਰੀਦ ਖਤਮ ਕੀਤੀ ਜਾ ਰਹੀ ਹੈ, ਉਹ ਮੁੜ ਕੇ ਜਿਹੜੇ ਹੈ ਵਪਾਰੀ ਨੇ ਉਹ ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਦੀ ਫਸਲ ਨੂੰ ਆਪਣੀ ਮਰਜ਼ੀ ਦਾ ਰੇਟ ਦੇ ਕੇ ਚੁੱਕਣਗੇ, ਚੁੱਕਣ ਨਾ ਚੁੱਕਣ। ਉਸ ਤੋਂ ਅੱਗੇ ਜਿਹੜੀਆਂ ਇਹ ਕਿਸਾਨਾਂ ਨੂੰ ਲਾਲਚ ਦੇ ਕੇ ਅੱਜ ਜਿਹੜੀ ਜ਼ਮੀਨ ਆ ਪੰਜਾਬ ਦੇ ਵਿੱਚ ਵਾਹੀ ਯੋਗ ਜ਼ਮੀਨ ਜਿਹੜੀ, ਉਹਦਾ 25-30 ਹਜ਼ਾਰ ਤੋਂ ਲੈ ਕੇ ਅਤੇ 60-70 ਹਜ਼ਾਰ ਰੁਪਏ ਤੱਕ ਉਹਦਾ ਠੇਕਾ ਹੈ ਜਾਂ ਹਾਲਾ ਹੈ, ਜਿਹੜੀ ਸਾਲ 'ਤੇ ਆਪਾਂ ਠੇਕੇ 'ਤੇ ਦਿੰਦੇ ਹਾਂ, ਔਰ ਇਹਨਾਂ ਕੰਪਨੀਆਂ ਵੱਲੋਂ ਹੋ ਸਕਦਾ ਲਾਲਚ ਦਿੱਤੇ ਜਾਣ, 1 ਲੱਖ ਰੁਪਈਆ ਸਾਲ ਦਾ ਜਾਂ 1.25 ਲੱਖ ਦੇ ਕੇ ਐਗਰੀਮੈਂਟ ਕਰਾਏ ਜਾਣਗੇ, ਉਹਨਾਂ 'ਤੇ ਕਈ ਕੁਛ ਲਿਖਿਆ ਜਾਏਗਾ ਜੋ ਕਿਸਾਨ ਨਹੀਂ ਪੜ੍ਹੇਗਾ। ਜਦੋਂ 1 ਸਾਲ 2 ਸਾਲ 3 ਸਾਲ ਬਾਅਦ ਉਹਨਾਂ ਨੂੰ ਘਾਟਾ ਪਿਆ, ਤਾਂ ਹੋ ਸਕਦਾ ਉਹਦੇ 'ਚ ਉਹਨਾਂ ਇੱਦਾਂ ਦੀਆਂ ਚੀਜ਼ਾਂ 'ਤੇ ਸਾਈਨ ਕਰਾ ਲੈਣ ਵੀ ਮੁੜ ਕੇ ਉਹ ਠੇਕਾ ਜਿਹੜਾ 1 ਲੱਖ ਜਾਂ 1.25 ਲੱਖ ਦਾ ਕਹਿ ਕੇ, ਅਤੇ ਭਾਵੇਂ ਮੁੜ ਕੇ 40 ਹਜ਼ਾਰ ਜਾਂ 25 ਹਜ਼ਾਰ 'ਤੇ ਆ ਜਾਣ, 1-2 ਕਿੱਲੇ ਵਾਲਾ ਕਿਸਾਨ ਜਿਹੜਾ ਮੁੜ ਕੇ ਨਾ ਕੇਸ ਕਰ ਸਕਦਾ ਨਾ ਕਿਸੇ ਬੰਨੇ ਜਾ ਸਕਦਾ। ਦੂਸਰੇ ਬੰਨੇ ਜਿਹੜਾ ਕਿਸਾਨ ਹੈ, ਅੱਜ ਉਹ ਆਪਣੀ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਕਰਦਾ ਹੈ, ਪਸ਼ੂ ਪਾਲਣ ਦਾ ਕੰਮ ਕਰਦਾ ਹੈ, ਕਿਸਾਨ ਦੇ ਜਿਹੜੇ ਬੱਚੇ ਨੇ ਉਹ ਨਾਲ ਕੰਮ ਕਰਦੇ ਨੇ, ਨਾਲ ਖੇਤ ਮਜ਼ਦੂਰ ਕੰਮ ਕਰਦੇ ਨੇ, ਕਿੰਨਿਆਂ ਲੋਕਾਂ ਦਾ ਰੁਜ਼ਗਾਰ ਇਸ ਚੀਜ਼ ਦੇ ਨਾਲ ਜੁੜਿਆ। ਜੇ ਕਿਸਾਨ ਜ਼ਮੀਨਾਂ ਲੀਜ਼ਾਂ 'ਤੇ ਦੇ ਕੇ ਖੇਤੀ ਕਰਨ ਨੂੰ ਹਟ ਜਾਏਗਾ, ਉਹਦੇ ਬੱਚੇ ਵਿਹਲੇ ਬੈਠ ਜਾਣਗੇ, ਨਸ਼ਿਆਂ ਦਾ ਦਰਿਆ ਤਾਂ ਅੱਗੇ ਹੀ ਪੰਜਾਬ ਦੇ ਵਿੱਚ ਬਹੁਤ ਵਹਿ ਰਿਹਾ, ਨਸ਼ਿਆਂ ਦੀ ਭਰਮਾਰ ਹੋਰ ਜ਼ਿਆਦਾ ਵਧੇਗੀ, ਖੇਤ ਮਜ਼ਦੂਰਾਂ ਨੂੰ ਵੀ ਤੱਕ ਵੀ ਸੇਕ ਲੱਗੇਗਾ, ਮਾਰ ਜਿਹੜੀ ਆ ਉਹ ਪਏਗੀ। ਇਸ ਕਰਕੇ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਜਾ ਕੇ, ਅਤੇ ਉਹ ਉੱਥੇ ਜਿਹੜਾ ਪੰਜਾਬ ਦੇ ਵਿਰੁੱਧ ਕਿਸਾਨਾਂ ਦੇ ਮਤੇ ਦੇ ਵਿੱਚ ਜਿਹੜੀ ਉਹਨਾਂ ਨੇ ਸ਼ਮੂਲੀਅਤ ਕੀਤੀ, ਜਿਹੜੀ ਹਾਂ ਕੀਤੀ, ਅੱਜ ਸਰਕਾਰਾਂ ਵੱਖੋ ਵੱਖਰੇ ਆਪਣੇ ਰੋਸ ਪ੍ਰਦਰਸ਼ਨ ਵੀ ਕਰ ਰਹੀਆਂ ਨੇ, ਪਰ ਪਹਿਲਾਂ ਇਹਨਾਂ ਨੇ ਜਿਹੜਾ ਉਹ ਸਾਥ ਦਿੱਤਾ ਹੈ। ਇਸ ਕਰਕੇ ਜਿਹੜੇ ਕਿਸਾਨ ਨੇ ਉਹ 25 ਸਤੰਬਰ ਨੂੰ ਜਿਹੜਾ ਪੰਜਾਬ ਬੰਦ ਦਾ ਸੱਦਾ ਉਹਨਾਂ ਦਿੱਤਾ, ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਉਹ ਵੱਧ ਚੜ੍ਹ ਕੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ, ਤਾਂ ਕਿ ਇਹਨਾਂ ਸਰਕਾਰਾਂ ਨੂੰ ਪਤਾ ਲੱਗ ਸਕੇ ਔਰ ਉਹ ਬਿੱਲ ਜਿਹੜਾ ਉਹਦਾ ਵਿਰੋਧ ਕਰਕੇ ਉਹਨੂੰ ਕੈਂਸਲ ਕਰਾਇਆ ਜਾਵੇ। ਨਹੀਂ ਤਾਂ ਜੋ ਵੇਖਣ ਦੇ ਵਿੱਚ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜੇ ਅੱਜ ਪੰਜਾਬ ਦਾ ਕਿਸਾਨ, ਪੰਜਾਬ ਦਾ ਬੱਚਾ ਬੱਚਾ, ਹਰ ਘਰ ਦੇ ਮੈਂਬਰ ਨਾ ਉੱਠ ਕੇ ਸਮੇਂ ਸਿਰ ਜਾਗੇ, ਅਵੇਸਲੇ ਰਹੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗਲਤੀਆਂ ਦਾ ਨਤੀਜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਉਹ ਭੁਗਤਣਾ ਪਵੇਗਾ। ਸੋ ਉੱਥੇ ਨਾਲ ਹੀ ਜਿਹੜੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ, ਜੇ ਭਾਰਤ ਦੀਆਂ ਜਿਹੜੀਆਂ ਕਿਸਾਨੀ ਯੂਨੀਅਨਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਚਰਨਾਂ 'ਚ ਵੀ ਨਿਮਰਤਾ ਸਹਿਤ ਬੇਨਤੀ ਹੈ, ਜਿਵੇਂ ਰੇਲ ਰੋਕੋ ਦੇ ਆਪ ਨੇ ਪ੍ਰੋਗਰਾਮ ਦਿੱਤੇ ਨੇ, ਪੰਜਾਬ ਨੂੰ ਬੰਦ ਕਰਨ ਦੀ ਬਜਾਏ 25 ਤਰੀਕ ਨੂੰ ਸਮਰਥਨ ਪੂਰਾ ਦਿਓ ਪੰਜਾਬ ਨੂੰ ਬੰਦ ਕਰਨ ਦਾ, ਪੰਜਾਬ ਬੰਦ ਹੋਵੇ, ਪਰ ਉਸ ਤੋਂ ਅੱਗੇ ਰੇਲ ਰੋਕੂ ਜਿਹੜੇ ਪ੍ਰੋਗਰਾਮ ਨੇ ਉਹ ਕੀਤੇ ਜਾਣ, ਕਿਉਂਕਿ ਮਤਾ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ, ਸੈਂਟਰ ਸਰਕਾਰ ਨੂੰ ਸੇਕ ਲੱਗੇਗਾ, ਉਹਨਾਂ ਦੀ ਆਮਦਨ 'ਤੇ ਫਰਕ ਪਏਗਾ ਅਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਖੁੱਲ੍ਹਣੀਆਂ ਨੇ। ਇਸ ਕਰਕੇ ਰੇਲ ਰੋਕੂ ਪ੍ਰੋਗਰਾਮ ਕੀਤੇ ਜਾਣ, ਜਾਂ
ਜਿਹੜੇ ਸਰਕਾਰੀ ਦਫ਼ਤਰ ਨੇ ਡੀਸੀ ਜਾਂ ਐਸਡੀਐਮਾਂ ਦਾ ਘਿਰਾਓ ਕੀਤਾ ਜਾਵੇ ਔਰ ਉਹਦੇ ਨਾਲ ਨਾਲ ਰਾਜਨੀਤਿਕ ਲੋਕਾਂ ਦਾ ਘਿਰਾਓ ਕੀਤਾ ਜਾਵੇ। ਜੇ ਵਾਰ ਵਾਰ ਆਪਾਂ ਪੰਜਾਬ ਬੰਦ ਕਰਾਂਗੇ ਅਤੇ ਜਿਹੜੇ ਸਾਡੇ ਵੀਰ ਭਰਾ ਜਿਹੜੇ ਮਜ਼ਦੂਰ ਨੇ ਖੇਤੀ ਮਜ਼ਦੂਰ ਜਾਂ ਦੂਜੇ ਮਜ਼ਦੂਰ ਨੇ ਅਤੇ ਉਹਨਾਂ ਜਿਹੜੇ ਦਿਹਾੜੀ ਬੇਸ ਦੇ ਉੱਪਰ ਕੰਮ ਕਰਕੇ ਖਾਂਦੇ ਨੇ ਆਪਣਾ ਪਰਿਵਾਰ ਪਾਲ ਰਹੇ ਨੇ ਅਤੇ ਉਹਨਾਂ ਨੂੰ ਦਿੱਕਤ ਆਏਗੀ। ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਕਤ ਦੇ ਵਿੱਚ ਨਾ ਪਾਈਏ ਅਤੇ ਜਿਹੜਾ ਉਹ ਇੱਦਾਂ ਦੇ ਪ੍ਰੋਗਰਾਮ ਲੀਕੇ ਜਾਣ ਜਿਹੜਾ ਸਰਕਾਰਾਂ ਨੂੰ ਸੇਕ ਲੱਗੇ। ਜਿੱਥੇ ਅੱਜ ਬਾਦਲ ਪਿੰਡ ਦਾ ਘਿਰਾਓ ਕੀਤਾ ਗਿਆ, ਕੈਪਟਨ ਦੇ ਪਟਿਆਲੇ ਸ਼ਹਿਰ ਦਾ ਘਿਰਾਓ ਕੀਤਾ ਗਿਆ, ਬਹੁਤ ਵਧੀਆ। ਉੱਥੇ ਨਾਲ ਨਾਲ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਸਰਕਾਰ ਹੈ, ਪੰਜਾਬ ਦੇ ਬੀਜੇਪੀ ਪ੍ਰਧਾਨ ਦਾ ਘਿਰਾਓ ਕੀਤਾ ਜਾਵੇ, ਜਿਹੜੇ ਬੀਜੇਪੀ ਦੇ ਮੰਤਰੀ ਲੀਡਰ ਨੇ ਉਹਨਾਂ ਦਾ ਵੀ ਘਿਰਾਓ ਕੀਤਾ ਜਾਵੇ ਵੀ ਤੁਸੀਂ ਆਪਣੀ ਸਰਕਾਰ ਨੂੰ ਕਹੋ, ਕਿਉਂਕਿ ਦਿੱਲੀ ਦੇ ਵਿੱਚ ਜਿੱਥੇ ਸੈਸ਼ਨ ਚੱਲ ਰਿਹਾ ਉੱਥੇ ਤਾਂ ਸਰਕਾਰ ਭਾਜਪਾ ਦੀ ਬੈਠੀ ਹੋਈ ਹੈ। ਇਸ ਕਰਕੇ ਉਹਨਾਂ ਨੂੰ ਵੀ ਦੱਸਿਆ ਜਾਵੇ ਵੀ ਉਹ ਆਵਾਜ਼ ਉਠਾਓ ਉੱਥੋਂ ਤੱਕ ਵੀ ਇਹ ਜਿਹੜਾ ਬਿੱਲ ਹੈ ਇਹ ਪਾਸ ਨਹੀਂ ਹੋਣਾ ਚਾਹੀਦਾ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਕਿਸਾਨ ਨਿਹੱਥੇ ਹੋ ਜਾਣਗੇ, ਕਿਸਾਨਾਂ ਦੇ ਬੱਚੇ ਜਿਹੜੇ ਨੇ ਉਹ ਗਲਤ ਕੰਮਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਪੈ ਜਾਣਗੇ, ਕਿਸਾਨੀ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਜਾਵੇਗਾ। 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਔਰ ਖਾਸ ਕਰਕੇ ਭਾਰਤ ਦੇ ਕਿਸਾਨਾਂ ਨੇ ਔਰ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ, ਦੇਸ਼ ਦੇ ਵਿੱਚ ਭੁੱਖਮਰੀ ਨਹੀਂ ਪੈਣ ਦਿੱਤੀ, ਲੋੜ ਪਈ ਕਿਸਾਨਾਂ ਨੇ ਚਿੱਟੀ ਕ੍ਰਾਂਤੀ ਲਿਆਂਦੀ, ਦੁੱਧ ਦਾ ਉਤਪਾਦ ਇੰਨਾ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਭੇਜਿਆ। ਪਰ ਅੱਜ ਜਿਹੜਾ ਹੈ ਅੱਜ ਉਹ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ। ਉੱਥੇ ਨਾਲ ਹੀ ਮੇਰੀ ਇਹ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ, ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀ ਛਤਰੀ ਦੇ ਥੱਲੇ ਚੱਲਦੀਆਂ ਨੇ, ਕਿਉਂਕਿ ਆਮ ਵੇਖਣ 'ਚ ਮਿਲਦਾ ਇੱਕ ਜਥੇਬੰਦੀ ਜਿਹੜੀ ਆ ਉਹ ਅਕਾਲੀ ਭਾਜਪਾ ਦੇ ਨਾਲ ਚੱਲਦੀ ਰਹੀ ਆ, ਉਹਦੇ 'ਚ ਉਹਨਾਂ ਕੋਲ ਚੇਅਰਮੈਨੀਆਂ ਦੇ ਅਹੁਦੇ ਵੀ ਰਹੇ ਨੇ, ਉਹਨਾਂ ਕੋਲ ਮੰਤਰੀ ਪਦ ਦੇ ਬਰਾਬਰ ਦੇ ਅਹੁਦੇ ਵੀ ਰਹੇ ਨੇ। ਇੱਕ ਜਥੇਬੰਦੀ ਜਿਹੜੀ ਉਹ ਕਾਂਗਰਸ ਦੀ ਸਰਕਾਰ ਦੇ ਥੱਲੇ ਚੱਲਦੀ ਹੈ, ਉਹਨਾਂ ਜਥੇਬੰਦੀਆਂ ਨੂੰ ਬੇਨਤੀ ਹੈ ਰਾਜਨੀਤਿਕ ਪਾਰਟੀਆਂ ਦੀ ਛਤਰੀ 'ਚੋਂ ਨਿਕਲੋ, ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਬਣਾ ਕੇ ਅਤੇ ਅੱਜ ਉਹਨਾਂ ਕੋਲੋਂ ਡਾਂਗਾ ਖਾ ਰਹੇ ਜੇ, ਅੱਜ ਉਹਨਾਂ ਕੋਲੋਂ ਛਤਰ ਖਾਧੇ ਜਾ ਰਹੇ ਨੇ, ਅੱਜ ਉਹਨਾਂ ਕੋਲੋਂ ਆਪਣੀਆਂ ਪੱਗਾਂ ਲਵਾਈਆਂ ਜਾ ਰਹੀਆਂ ਨੇ, ਇਸ ਗੱਲ ਦਾ ਸੋਚੋ। ਵੈਸੇ ਜਿਹੜਾ ਭਾਰਤ ਦਾ ਕਿਸਾਨ ਆ 60% ਵੋਟ ਨੂੰ ਪ੍ਰਭਾਵਿਤ ਕਰਦਾ, 60% ਨੂੰ। ਜੇ ਪੰਜਾਬ ਦਾ ਕਿਸਾਨ ਖੇਤੀ ਮਜ਼ਦੂਰ ਸਾਰੇ ਰਲ ਕੇ ਚੱਲ ਪੈਣ ਤਾਂ ਤੁਸੀਂ ਭਾਰਤ ਵਿੱਚ ਆਪਣੀ ਸਰਕਾਰ ਬਣਾ ਸਕਦੇ ਹੋ। ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਜਿਹੜੀ ਅਫਸਰਸ਼ਾਹੀ ਹੈ, ਜਿਹੜੀ ਨੌਕਰਸ਼ਾਹੀ ਹੈ, ਜਿਹੜਾ ਆ ਅਫਸਰੀ ਸਿਸਟਮ ਆ, ਜਿਨ੍ਹਾਂ ਦੀ ਉਹਨਾਂ ਦਿਨਾਂ 'ਚ 20, 40, 50, 150 ਰੁਪਏ ਤੱਕ ਤਨਖਾਹ ਸੀ, ਅੱਜ 1.5-1.75-2-2 ਲੱਖ ਤੱਕ ਉਹਨਾਂ ਦੀਆਂ ਤਨਖਾਹਾਂ ਪਹੁੰਚ ਗਈਆਂ। ਉਦੋਂ ਤੋਂ ਲੈ ਕੇ ਪੰਜਾਬ ਦੇ ਕਿਸਾਨ ਜਾਂ ਭਾਰਤ ਦੇ ਕਿਸਾਨਾਂ ਦੀ ਫਸਲ ਦੀ ਆਮਦਨ ਵਿੱਚ ਕਿੰਨਾ ਵਾਧਾ ਹੋਇਆ, ਕੇਵਲ ਅਤੇ ਕੇਵਲ ਤਕਰੀਬਨ 70% ਤੋਂ ਲੈ ਕੇ 100% ਤੋਂ ਉੱਪਰ ਅਫਸਰਸ਼ਾਹੀ ਨੌਕਰਸ਼ਾਹੀ ਜਿਹੜੀ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਹੋਏ ਨੇ। ਅਤੇ ਜਿਹੜਾ ਕਿਸਾਨ ਆ, ਕਿਸਾਨ ਦੇ ਫਸਲਾਂ ਦੇ ਵਿੱਚ ਰੁਜ਼ਗਾਰ ਦੇ ਵਿੱਚ ਵੱਧ ਤੋਂ ਵੱਧ ਵੀ ਇਹਨਾਂ 50-60 ਸਾਲਾਂ ਦੇ ਵਿੱਚ ਵਾਧਾ ਹੋਇਆ, ਉਹ ਤਾਂ 20% ਦੇ ਕਰੀਬ ਹੋਇਆ ਹੋਊ, ਨਹੀਂ ਤਾਂ ਇਹ ਤੋਂ ਵੱਧ ਨਹੀਂ ਜੇ ਹੋਇਆ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਮੈਂ ਸਮੁੱਚੇ ਕਿਸਾਨਾਂ ਨੂੰ, ਪੰਜਾਬ ਭਰਾਵਾਂ ਨੂੰ ਬੇਨਤੀ ਕਰਦਾ, ਕਿਸਾਨ ਜਥੇਬੰਦੀਆਂ ਦੇ ਮੈਂਬਰ ਜ਼ਰੂਰ ਬਣੋ, ਪਰ ਰਾਜਨੀਤਿਕ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀ ਛਤਰੀ ਥੱਲੇ ਜਿਹੜੀਆਂ ਕਿਸਾਨ ਯੂਨੀਅਨਾਂ ਚੱਲ ਰਹੀਆਂ ਨੇ, ਉਹ ਸਮਾਂ ਜੇ ਉਹਨਾਂ ਦੀ ਛਤਰੀ ਥੱਲੋਂ ਨਿਕਲ ਜਾਓ, ਆਪਣੇ ਭਰਾਵਾਂ ਦਾ ਸਾਥ ਦਿਓ, ਕਿਸੇ ਲਾਲਚ ਜਾਂ ਅਹੁਦਿਆਂ ਦੇ ਮਗਰ ਨਾ ਲੱਗੋ, ਆਪਣੇ ਭਰਾਵਾਂ ਦਾ ਸਾਥ ਦਿਓ। ਜੇ ਅੱਜ ਸਰਕਾਰ ਇਹ ਬਿੱਲ ਨੂੰ ਵਾਪਸ ਲੈਂਦੀ ਆ, ਨਹੀਂ ਲੈਂਦੀ ਤਾਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਏਕਾ ਕਰਕੇ ਆਉਣ ਵਾਲੀਆਂ ਸਮੀਆਂ ਇਲੈਕਸ਼ਨਾਂ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੂੰ ਜਿਹੜਾ ਉਤਾਰ ਦਿਓ। ਪਿਛਲੇ ਸਮਿਆਂ ਦੇ ਵਿੱਚ ਜਦੋਂ ਜਿਮਨੀ ਚੋਣ ਗੁਰਦਾਸਪੁਰ ਜ਼ਿਲ੍ਹੇ ਦੀ ਹੋਈ ਸੀ, ਮੈਂ ਮੀਡੀਆ ਦੇ ਉੱਤੇ ਇੱਕ ਆਵਾਜ਼ ਉਠਾਈ ਸੀ, ਮੈਂ ਬੇਨਤੀ ਕਰਾਂ, ਅਸੀਂ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਹਾਂ, ਅਸੀਂ ਪੰਜਾਬੀਓ, ਕਿਸਾਨੋ, ਅਸੀਂ ਤੁਹਾਡੀ ਆਵਾਜ਼ ਬਣ ਸਕਦੇ ਹਾਂ, ਅਸੀਂ ਤੁਹਾਡੇ ਲਈ ਹਾਅ ਦਾ ਨਾਰਾ ਮਾਰ ਸਕਦੇ ਹਾਂ, ਅਸੀਂ ਮਾਇਆ ਨਾਲ ਤੁਹਾਡੀ ਹੈਲਪ ਕਰ ਸਕਦੇ ਹਾਂ। ਉਹ ਅਸੀਂ ਕਰ ਰਹੇ ਹਾਂ ਅਤੇ ਅਗਾਂਹ ਵੀ ਆਉਣ ਵਾਲੇ ਸਮੇਂ 'ਚ ਕਰਾਂਗੇ। ਮੈਂ ਉਦੋਂ ਬੇਨਤੀ ਕੀਤੀ ਸੀ ਜਿਮਨੀ ਚੋਣ 'ਚ ਵੀ ਪੰਜਾਬ ਦੇ ਸਾਰੇ ਕਿਸਾਨ ਆਪਣਾ MP ਗੁਰਦਾਸਪੁਰੋਂ ਉਤਾਰ ਦੇਣ, ਤਾਂ ਕਿ ਤੁਹਾਡੀ ਜਿਹੜੀ ਉੱਥੇ ਦਿੱਲੀ ਦੇ ਵਿੱਚ ਤੁਹਾਡੀ ਆਵਾਜ਼ ਬਣ ਸਕੇ। ਜੇ ਨਹੀਂ ਆਉਣ ਵਾਲੇ ਸਮੇਂ 'ਚ ਇਹ ਬਿੱਲ ਇੱਦਾਂ ਵਾਪਸ ਲਏ ਜਾਂਦੇ, 2022 'ਚ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਿਸਾਨੋ, ਆਪਣੇ ਬੰਦੇ ਜਿਹੜੇ ਨੇ ਉਹਨਾਂ ਨੂੰ ਉਤਾਰ ਦਿਓ ਇਹ ਵਿਧਾਨ ਸਭਾ ਦੇ ਵਿੱਚ। ਜੇ ਤੁਹਾਡੀ ਕੋਈ ਗੱਲ ਨਹੀਂ ਕਰਦਾ, ਤੁਸੀਂ ਆਪ ਜਾਓਗੇ ਅਤੇ ਆਪਣੀ ਗੱਲ ਕਰ ਸਕੋਗੇ ਉੱਥੇ ਜਾ ਕੇ। ਹੁਣ ਜਿੱਦਾਂ ਤੁਸੀਂ ਇਹ ਸਟੇਟਾਂ ਬੰਦ ਕੀਤੀਆਂ ਨੇ,
ਜਿੱਥੇ ਦਿੱਲੀ ਦੇ ਵਿੱਚ ਬਿੱਲ ਪਾਸ ਹੋ ਰਿਹਾ, ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਯੂਨੀਅਨਾਂ ਇੱਕ ਦੂਜੇ ਨਾਲ ਰਾਬਤਾ ਕਰਕੇ ਲਿੰਕ ਕਰਕੇ, ਅਤੇ ਜਿੱਥੇ ਬਿੱਲ ਪਾਸ ਹੋ ਰਿਹਾ ਉਹ ਸੰਸਦ ਤੱਕ ਦੇ ਘਰਾਓ ਕਰੋ, ਤਾਂ ਜਾ ਕੇ ਤੁਹਾਡੀ ਆਵਾਜ਼ ਜਿਹੜੀ ਉਹ ਸੁਣੀ ਜਾਣੀ ਹੈ। ਇਹ ਲੀਡਰ ਅਵੇਸਲੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਬਣਾਉਂਦੇ ਹੋ, ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਇਹ ਜਿਹੜੀ ਸ਼ਕਤੀ ਦਿੰਦੇ ਹੋ, ਅੱਜ ਉਹਨਾਂ ਕੋਲੋਂ ਅਸੀਂ ਇਕੱਲੇ ਇਕੱਲੇ ਨਿਖੜ ਨਿਖੜ ਕੇ ਜਿਹੜੇ ਉਹ ਡਾਂਗਾ ਖਾ ਰਹੇ ਹਾਂ। ਇਸ ਕਰਕੇ ਮੈਂ ਵਾਰ ਵਾਰ ਬੇਨਤੀ ਕਰਦਾ ਸਮੁੱਚੇ ਪੰਜਾਬੀਆਂ ਨੂੰ, ਵਿਦੇਸ਼ ਦੇ ਪੰਜਾਬੀ ਸਿੱਖਾਂ ਨੂੰ ਵੀ, ਵੀ ਅੱਜ ਪੰਜਾਬ ਦੇ ਸਿੱਖਾਂ ਦੀ, ਕਿਸਾਨ ਭਰਾਵਾਂ ਦੀ ਆਵਾਜ਼ ਬਣੋ, ਉਹਨਾਂ ਦਾ ਸਾਥ ਦਿਓ। ਅਤੇ ਉੱਥੇ ਨਾਲ ਮੇਰੀ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਆ, ਕਿਸਾਨ ਯੂਨੀਅਨਾਂ ਦੇ ਚਰਨਾਂ 'ਚ ਵੀ ਬੇਨਤੀ ਆ, ਵੀ ਵਿਦੇਸ਼ਾਂ ਦੇ ਸਿੱਖਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਨਾ ਕਰੋ। ਵਿਦੇਸ਼ਾਂ ਦੇ ਸਿੱਖਾਂ ਦੇ ਪਲਾਟਾਂ ਦੇ ਉੱਤੇ, ਪ੍ਰੋਪਰਟੀਆਂ ਦੇ ਉੱਪਰ ਜਿਹੜਾ ਭਰਾ ਭਰਾ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਰਿਹਾ, ਭਤੀਜੇ ਚਾਚਿਆਂ ਦੀਆਂ 'ਤੇ ਕਰੀ ਜਾਂਦੇ ਆ, ਜਿਹੜੇ NRI ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦੀਆਂ ਜ਼ਮੀਨਾਂ ਨੱਪੀਆਂ ਜਾਂਦੀਆਂ ਨੇ, ਪ੍ਰੋਪਰਟੀਆਂ ਨੱਪੀਆਂ ਜਾ ਰਹੀਆਂ ਨੇ, ਪਰ ਵਿਦੇਸ਼ ਦਾ ਪੰਜਾਬੀ ਅਤੇ ਸਿੱਖ ਜਿਹੜਾ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਇੱਥੇ ਕਰਕੇ ਤੁਹਾਡੇ ਵਾਸਤੇ ਤਤਪਰ ਆ, ਉਹ ਆਪਣੇ ਪੰਜਾਬ ਵਾਸਤੇ, ਪੰਜਾਬ ਦੀ ਮਿੱਟੀ ਵਾਸਤੇ, ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ, ਉਹ ਆਪਣਾ ਖੂਨ ਪਸੀਨਾ ਪੰਜਾਬ ਵਾਸਤੇ ਵੀ ਲਾਉਣਾ ਚਾਹੁੰਦਾ। ਪਰ ਜਦੋਂ ਇਹੋ ਜਿਹੇ ਕੰਮ ਹੁੰਦੇ ਨੇ ਉਦੋਂ ਸਾਰਿਆਂ ਦੇ ਅੰਦਰ ਜਿਹੜੀ ਆ ਠੀਸ ਪੈਂਦੀ ਆ। ਇਸ ਕਰਕੇ ਕਿਸਾਨ ਯੂਨੀਅਨਾਂ ਵਾਲਿਓ, ਆਪਣੇ ਜਿਹੜੀਆਂ ਤੁਹਾਡੀਆਂ ਜਿਹਨੂੰ ਇਕੱਠ ਹੁੰਦੇ ਨੇ ਉਹਦੇ 'ਚ ਇਹ ਬੇਨਤੀ ਵੀ ਕਰਿਆ ਕਰੋ ਵੀ ਜਿਹੜੇ ਸਾਡੇ ਭੈਣ ਭਰਾ, ਕੋਈ ਭਤੀਜੇ ਮਾਮੇ ਮਾਸੜ ਜਿਹੜੇ ਵਿਦੇਸ਼ਾਂ 'ਚ NRI ਨੇ, ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ, ਪ੍ਰੋਪਰਟੀਆਂ 'ਤੇ ਕਬਜ਼ੇ ਨਾ ਕਰੋ, ਤਾਂ ਕਿ ਇਹ ਵਿਦੇਸ਼ੀ ਸਿੱਖ ਤੁਹਾਡੀ ਜਿਹੜੀ ਉਹ ਆਵਾਜ਼ ਬਣ ਕੇ ਰਹਿਣ, ਤੁਹਾਡੇ ਮਗਰ ਖਲੋਣ, ਤੁਹਾਡੇ ਨਾਲ ਖਲੋਣ, ਤੁਹਾਡਾ ਸਾਥ ਦੇਣ। ਇਸ ਕਰਕੇ ਜਿਹੜਾ 25 ਤਰੀਕ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ, ਉੱਤੇ ਵੱਧ ਚੜ੍ਹ ਕੇ ਸਾਥ ਦਿਓ, ਪੰਜਾਬ ਨੂੰ ਬੰਦ ਕਰੋ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕਿਸਾਨ ਯੂਨੀਅਨ ਵਾਲੇ ਵੀਰੋ ਭਰਾਓ ਆਗੂਓ, ਉਹ ਬੇਨਤੀ ਹੈ ਵੀ ਰੇਲ ਰੋਕੂ ਪ੍ਰੋਗਰਾਮ ਦਿਓ, ਸਰਕਾਰੀ ਦਫ਼ਤਰਾਂ ਦੇ ਘਰਾਓ ਕਰੋ, ਲੀਡਰਾਂ ਦੇ ਘਰਾਓ ਕਰੋ, ਅਤੇ ਪੰਜਾਬ ਬੰਦ ਦੇ ਸੱਦੇ ਘੱਟ ਦਿਓ, ਕਿਉਂਕਿ ਜਿਹੜੇ ਮਜ਼ਦੂਰ ਨੇ, ਦਿਹਾੜੀਦਾਰ ਨੇ, ਜਿਹੜੇ ਆਪਣੀਆਂ ਰੇਹੜੀਆਂ ਫੜੀਆਂ ਵਾਲੇ ਨੇ, ਜਿਹੜਾ ਆਪਣੀਆਂ ਦੁਕਾਨਾਂ ਵਾਲੇ ਨੇ, ਜਿਹੜਾ ਰੋਜ਼ ਦਾ ਕਮਾ ਕੇ ਖਾਣ ਵਾਲੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ, ਪ੍ਰੋਬਲਮ, ਪਰੇਸ਼ਾਨੀ ਜਿਹੜੀ ਉਹ ਨਾ ਆਵੇ, ਉਹ ਤੁਹਾਡੇ ਨਾਲ ਰਲ ਕੇ ਜਿਹੜਾ ਚੱਲਣ। ਸੋ ਫਿਰ ਮੇਰੀ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੀਆਂ ਕਿਸਾਨ ਯੂਨੀਅਨਾਂ ਦੇ ਜਿਹੜੇ ਮੈਂਬਰ ਬਣੋ, ਲੋਕ ਜਿਹੜੇ ਆ ਇਹਨਾਂ ਦਾ ਸਾਥ ਦਿਓ, ਅਸੀਂ ਵਿਦੇਸ਼ਾਂ ਦੇ ਵਿੱਚੋਂ ਤੁਹਾਡੀ ਆਵਾਜ਼ ਬਣਾਂਗੇ, ਤੁਹਾਡਾ ਜਿਹੜਾ ਉਹ ਸਾਥ ਦਿਆਂਗੇ, ਕਦੀ ਵੀ ਜਿਹੜਾ ਇਹ ਕਿਸਾਨ ਮਾਰੂ ਬਿੱਲ ਆ ਇਹਨੂੰ ਪਾਸ ਨਾ ਹੋਣ ਦਿਆਂਗੇ। ਇਹ ਜੇ ਪਾਸ ਹੋ ਜਾਂਦਾ ਇਹਦੇ ਨਾਲ ਆਉਣ ਵਾਲੇ 15-20 ਸਾਲਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਏਗਾ, ਜਿਹੜਾ ਅੱਜ ਸਾਨੂੰ ਜਿਹੜਾ ਉਹ ਸਮਝ ਨਹੀਂ ਆ ਰਿਹਾ। ਇਸ ਕਰਕੇ ਬੇਨਤੀ ਆ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਵੀ ਮੈਂਬਰ ਬਣੋ, ਉਹਨਾਂ ਦਾ ਸਾਥ ਦਿਓ, ਅਤੇ ਜਿੱਦਾਂ ਜਿੱਦਾਂ ਇਹ ਮੋਰਚਾ ਲੱਗ ਰਹੇ ਨੇ ਉੱਥੇ ਜਿਹੜੀਆਂ ਸੰਸਥਾਵਾਂ ਨੇ, ਬੜੇ ਸੰਸਥਾਵਾਂ ਲੰਗਰ ਲਾਉਂਦੀਆਂ ਨੇ, ਔਰ ਜੇ ਮੋਰਚਾ ਪੰਜਾਬ ਦੇ ਕਿਸਾਨ ਲਾਉਂਦੇ ਨੇ ਤੇ ਇਹਨਾਂ ਵਾਸਤੇ ਵੀ ਜਿਹੜੇ ਨੇ ਸੰਸਥਾਵਾਂ ਵੱਲੋਂ ਲੰਗਰ ਲਾਏ ਜਾਣ, ਇਹਨਾਂ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਸਾਥ ਦਿੱਤਾ ਜਾਵੇ। ਸੋ ਆਪ ਵੀ ਵੱਧ ਤੋਂ ਵੱਧ ਜਿਹੜਾ ਹੈ ਉਹ ਇਹਨਾਂ ਗੱਲਾਂ ਵੱਲ ਜ਼ਰੂਰ ਨਜ਼ਰਸਾਨੀ ਮਾਰਿਓ, ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ, ਤੁਹਾਡੇ ਆਪਣੇ ਭੈਣ ਭਰਾ ਨੇ, ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਸਰਕਾਰੀ ਕੰਮ ਕਾਰਜ ਦੇ ਵਿੱਚ ਸਰਕਾਰ ਦੀ ਜਿੱਥੇ ਆਮਦਨ ਨੂੰ ਰੋਕ ਲੱਗਦੀ ਆ, ਉਹਨਾਂ ਚੀਜ਼ਾਂ ਦਾ ਜਿਹੜਾ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ, ਉਹ ਚੀਜ਼ਾਂ ਰੋਕੀਆਂ ਜਾਣ। ਨਾਲ ਹੀ ਜਿਹੜਾ ਜਿੱਥੇ ਤੁਸੀਂ ਲੀਡਰਾਂ ਦਾ ਘਿਰਾਓ ਕਰ ਰਹੇ ਹੋ, ਸੈਂਟਰ 'ਚ ਭਾਜਪਾ ਦੀ ਸਰਕਾਰ ਆ, ਭਾਜਪਾ ਲੀਡਰਾਂ ਦਾ ਵੀ ਜਿਹੜਾ ਉਹ ਘਿਰਾਓ ਕਰੋ, ਵੱਧ ਤੋਂ ਵੱਧ ਕਿਸਾਨ ਭਰਾਵਾਂ ਦਾ ਜਿਹੜਾ ਉਹ ਸਾਥ ਦਿਓ। ਕੋਈ ਵੱਧ ਘੱਟ ਬੋਲ ਗਏ ਹੋਈਏ ਤਾਂ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।